ਅਸਲਾਮ ਵਾਲੇਕੁਮ ਸੱਜਣੋ ਅਤੇ ਮਿੱਤਰੋ, ਭੈਣੋ ਅਤੇ ਭਰਾਵੋ, ਛੋਟੇ ਤੋਂ ਵੱਡੇ ਹੋ, ਵਿਹਲੇ ਅਤੇ ਕਾਮੇ ਹੋ, ਤੁਹਾਡਾ ਆਪਣਾ ਵੀਰ ਚੌਧਰੀ ਬ੍ਰੈਂਡ। ਉਮੀਦ ਕਰਦਾ ਤੁਸੀਂ ਸਾਰੇ ਖੈਰ ਨਾਲ ਖੁਸ਼ਬਾਸ਼ ਹੋ ਗਏ। ਅਲਹਮਦੁਲਿਲਾ, ਮੈਂ ਵੀ ਠੀਕ ਠਾਕ। ਆਪਣੇ ਮੁਆਸ਼ਰੇ ਦੀ ਬੜੀ ਅਜੀਬ ਗੱਲ ਹੈਗੀ ਹੈ, ਜਾਂ ਕਹਿ ਲਓ ਬੜੀ ਅਜੀਬ ਆਦਤ ਹੈਗੀ ਹੈ, ਕੋਈ ਬੰਦਾ ਕਿਸੇ ਵੀ ਕਾਰੋਬਾਰ 'ਚੋਂ, ਕਿਸੇ ਵੀ ਕੰਮ 'ਚੋਂ, ਕਿਸ ਜਾਂ ਪੜ੍ਹਾਈ ਦੇ ਵਿੱਚੋਂ ਫੇਲੀਅਰ ਹੋ ਜਾਵੇ ਨਾ, ਅਸੀਂ ਉਹਨੂੰ ਬਹੁਤ ਬੁਰੀ ਨਜ਼ਰਾਂ ਨਾਲ ਵੇਖਦੇ ਹਾਂ। ਉਹਦੇ ਨਾਲ ਅੱਛਾ ਸਲੂਕ ਕਰਨ ਦੀ ਬਜਾਏ ਅਸੀਂ ਉਹਦੀ ਕਿਤੇ ਮਹਿਫਲ 'ਚ ਬੈਠਾ ਹੋਵੇ ਜਾਂ ਨਾ ਹੋਵੇ, ਅਸੀਂ ਉਹਨੂੰ ਅੱਛਾ ਸਮਝਦੇ, ਉਹਦੀ ਬੁਰਾਈ ਕਰਦੇ ਹਾਂ। ਤੁਸੀਂ ਦੁਨੀਆ ਦੇ ਵਿੱਚ ਨਜ਼ਰ ਘੁਮਾ ਕੇ ਵੇਖ ਲਓ, ਜਿਹੜੇ ਟੈਕਨੋਲੋਜੀ ਦੇ ਵਿੱਚ, ਪੜ੍ਹਾਈ ਦੇ ਵਿੱਚ, ਹਰ ਚੀਜ਼ ਦੇ ਵਿੱਚ, ਤਜਰਬਿਆਂ ਦੇ ਵਿੱਚ ਆਪਣੇ ਤੋਂ ਅੱਗੇ ਨਾ, ਉਹਨਾਂ ਦੇ ਵਿੱਚ ਕਿਹੜੀਆਂ ਆਦਤਾਂ ਹੈਗੀਆਂ ਨੇ। ਕੋਈ ਬੱਚਾ, ਕੋਈ ਸਟੂਡੈਂਟ ਜਾਂ ਕੋਈ ਵੀ ਕਿਸੇ ਤਜਰਬੇ 'ਚੋਂ, ਕਿਸੇ ਵੀ ਕੰਮ 'ਚੋਂ ਫੇਲ ਹੋ ਜਾਂਦਾ, ਉਹ ਉਹਨੂੰ ਵੈਲਕਮ ਕਰਦੇ ਨੇ, ਉਹਨੂੰ ਖੁਸ਼ਾਮਦੀਦ ਕਹਿੰਦੇ ਨੇ। ਫਿਰ ਉਹਨੂੰ ਕਿਤੇ ਵੀ ਜਾ ਕੇ ਮਹਿਫਲ ਦੇ ਵਿੱਚ, ਜਾਂ ਕੋਈ ਫੰਕਸ਼ਨ ਹੋ ਰਿਹਾ ਹੋਵੇ, ਜਾਂ ਕੋਈ ਸਟੂਡੈਂਟ ਕਲਾਸ, ਉਹਨੂੰ ਜਾ ਕੇ ਦਿਖਾਉਂਦੇ ਨੇ ਕਿ ਇਹਨੇ ਆਹ ਕੰਮ ਸ਼ੁਰੂ ਕੀਤਾ ਸੀ, ਉਹਦੇ ਵਿੱਚੋਂ ਫੇਲ ਹੋਇਆ। ਇਹ ਫੇਲੀਅਰ ਨਹੀਂ ਹੈਗਾ, ਇਹਨੇ ਫਿਰ ਅੱਗੇ ਆਪਣੀ ਜਿਹੜੀ ਹੈਗੀ ਆ ਉਸ ਚੀਜ਼, ਗਲਤੀ ਨੂੰ ਪਿੱਛੇ ਰੱਖਿਆ, ਸਮਝਿਆ। ਅਸੀਂ ਕੀ ਕਹਿੰਦੇ ਹੈਗੇ ਹਾਂ, ਜਿਹੜਾ ਬੰਦਾ ਫੇਲੀਅਰ ਹੋ ਜਾਵੇ, ਤੂੰ ਤਾਂ ਹੈ ਹੀ ਨਿਕੰਮਾ ਵਾ, ਤੂੰ ਨਹੀਂ ਸਾਰੀ ਜ਼ਿੰਦਗੀ ਕੁਛ ਕਰ ਸਕਦਾ। ਇੱਥੋਂ ਕਹਿ ਦਿੰਦੇ ਹੈਗੇ ਨੇ, ਤੇਰਾ ਬਾਪ ਵੀ ਇੱਦਾਂ ਦਾ ਹੀ ਸੀਗਾ, ਤੂੰ ਕੀ ਕਰਨਾ ਵਾ, ਬਸ ਤੇਰੀ ਜ਼ਿੰਦਗੀ ਹੁਣ ਇੱਥੇ ਤੱਕ ਹੀ ਹੈਗੀ ਆ, ਤੂੰ ਅੱਗੇ ਕਾਮਯਾਬ ਨਹੀਂ ਹੋ ਸਕਦਾ। ਇਹ ਹੈਗੀ ਆ ਉਸ ਇਨਸਾਨ ਦਾ ਅਸੀਂ ਹੌਸਲਾ ਖਤਮ ਕਰ ਦਿੰਦੇ ਹਾਂ। ਇਹ ਸਾਡੇ ਮੁਆਸ਼ਰੇ ਸਭ ਤੋਂ ਬੁਰੀ ਆਦਤ ਆ। ਅਗਰ ਆਪਾਂ ਉਹਨੂੰ ਕਹੀਏ ਨਾ, ਯਾਰ ਕੁਛ ਨਹੀਂ ਹੋਇਆ, ਇੱਕ ਗਲਤੀ ਹੋਈ ਆ, ਦੁਬਾਰਾ ਠੀਕ ਕਰ ਲਈ, ਦੁਬਾਰਾ ਗਲਤੀ ਹੋਏਗੀ ਫਿਰ ਸਹੀ ਕਰ ਲਈ। ਇੱਕ ਇਨਸਾਨ ਗਲਤੀ ਕਰਕੇ ਇੱਕ ਦਿਨ ਤਾਂ ਇਨਸ਼ਾਅੱਲਾ ਤਾਲਾ ਜਿਹੜੀਆਂ ਪਿਛਲੀਆਂ ਚੀਜ਼ਾਂ ਹੁੰਦੀਆਂ ਸਾਰੀਆਂ ਕਵਰ ਕਰ ਜਾਂਦਾ ਨਾ, ਉਹਨੂੰ ਪਤਾ ਹੁੰਦਾ ਵਾ ਫਿਰ ਕਿ ਯਾਰ ਮੈਂ ਇਹ ਗਲਤੀ ਕੀਤੀ ਸੀ, ਇੱਥੋਂ ਮੈਂ ਬਹੁਤ ਪਿੱਛੇ ਗਿਆ ਵਾਂ, ਇੱਥੋਂ ਮੈਂ ਫੇਲ ਹੋਇਆ ਵਾਂ, ਇੱਥੋਂ ਮੈਂ ਨਾਕਾਮ ਹੋ ਗਿਆ ਵਾਂ। ਇਹ ਚੀਜ਼ਾਂ ਜਿਹੜੀਆਂ ਜਦੋਂ ਇਨਸਾਨ ਸੋਚਦਾ ਨਾ, ਤਾਂ ਉਹਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਪਿੱਛੇ ਉਹ ਨਾਕਾਮੀ ਦੀਆਂ ਵਜ੍ਹਾ, ਜਿਹੜਾ ਜਿੱਤੋਂ ਫੇਲੀਅਰ ਹੋਇਆ ਹੁੰਦਾ ਵਾ, ਜਿੱਤੋਂ ਲੋਕ ਉਹਨੂੰ ਬੁਰਾ ਸਮਝ ਰਹੇ ਹੁੰਦੇ, ਉਹ ਦੁਬਾਰਾ ਨਹੀਂ ਕਰੇਗਾ। ਅਤੇ ਬਾਹਰ ਦੇ ਲੋਕ ਆਪਣੇ ਤੋਂ ਅੱਗੇ ਕਾਹਤੋਂ ਹੈਗੇ, ਉਹ ਇਸ ਵਾਸਤੇ, ਉਹਨਾਂ ਨੂੰ ਪਤਾ ਵਾ ਅਗਰ ਅਸੀਂ ਇਹਨੂੰ ਵੈਲਕਮ ਕਰਾਂਗੇ, ਇਹਨੂੰ ਲਿਆ ਕੇ ਆਪਣੇ ਕੋਲ ਬਿਠਾਵਾਂਗੇ, ਇਹਦੀ ਅੱਗੇ ਜਾ ਕੇ ਗੱਲਬਾਤਾਂ ਕਰਾਂਗੇ, ਉਹ ਜਿਹੜੀ ਗਲਤੀ ਇਹਨੇ ਕਰ ਲਈ ਨਾ, ਦੁਬਾਰਾ ਜ਼ਿੰਦਗੀ ਦੇ ਵਿੱਚ ਨਹੀਂ ਕਰਦਾ। ਸਾਨੂੰ ਚਾਹੀਦਾ ਤਾਂ ਇਨਸਾਨ ਜਦੋਂ ਵੀ ਕੋਈ ਚੀਜ਼ ਤੋਂ ਨਾਕਾਮ ਹੁੰਦਾ ਨਾ, ਅੱਲਾਹ ਤਾਲਾ ਨੇ ਉਹਨੂੰ ਅਕਲ ਬਹੁਤ ਦਿੱਤੀ, ਫਿਰ ਕੋਸ਼ਿਸ਼ ਕਰਦਾ ਜਿਹਨੇ ਅੱਗੇ ਵਧਣਾ ਹੋਵੇ। ਜਿਹਨੇ ਅੱਗੇ ਨਹੀਂ ਵਧਣਾ ਹੋਵੇ, ਫਿਰ ਉਸ ਚੀਜ਼ ਨੂੰ ਲੈ ਕੇ ਸਾਰੀ ਜ਼ਿੰਦਗੀ ਸੋਚਦਾ ਰਹਿੰਦਾ, ਯਾਰ ਮੈਂ ਉਹ ਕੰਮ ਸ਼ੁਰੂ ਕੀਤਾ ਜਦੋਂ ਮੈਂ ਫੇਲ ਹੋ ਗਿਆ ਹੈਗਾ, ਮੈਂ ਤਾਂ ਨਹੀਂ ਅੱਗੇ ਕੁਛ ਵੀ ਕਰ ਸਕਦਾ। ਲੇਕਿਨ ਜਿਹੜੇ ਜ਼ਹੀਨ ਨੇ, ਅਕਲਮੰਦ ਨੇ, ਜਿਹਨਾਂ ਨੂੰ ਪਤਾ ਅਸੀਂ ਅੱਗੇ ਜ਼ਿੰਦਗੀ ਜਾਣਾ ਹੈਗਾ ਵਾ, ਉਹ ਫਿਰ ਉਸ ਗਲਤੀ ਤੋਂ ਸਿੱਖਦੇ ਬਹੁਤ ਕੁਛ ਹੈਗੇ ਨੇ। ਯਾਰ ਆਹ ਮੈਂ ਚੀਜ਼ ਮੇਰੇ ਕੋਲ ਗਲਤ ਹੋਈ ਸੀ, ਤਾਂ ਮੇਰਾ ਸਾਰਾ ਹੀ ਕੰਮ ਖਤਮ ਹੋ ਗਿਆ। ਸਾਨੂੰ ਵੀ ਇਹੀ ਚਾਹੀਦਾ ਵਾ, ਸਾਨੂੰ ਇਹ ਸੋਚਣਾ ਚਾਹੀਦਾ ਹੈਗਾ ਕਿ ਯਾਰ ਅਗਰ ਅਸੀਂ ਕੋਈ ਬੰਦਾ ਗਲਤ ਕਰਦਾ ਨਾ, ਅਸੀਂ ਉਹਨੂੰ ਬੁਰਾ ਨਾ ਕਹੀਏ, ਅਸੀਂ ਉਹਨੂੰ ਆਪਣੇ ਨਾਲ ਲੈ ਕੇ ਤੁਰੀਏ, ਕੋਈ ਨਹੀਂ ਯਾਰ, ਹੌਸਲਾ ਦੇਈਏ ਕਿ ਗਲਤੀਆਂ ਤਾਂ ਹੁੰਦੀਆਂ ਹੀ ਆ, ਨੈਕਸਟ ਟਾਈਮ ਨਾ ਕਰੀ, ਅੱਗੇ ਜਾ ਕੇ ਉਹ ਗਲਤੀ ਛੱਡੇਗਾ। ਜਦੋਂ ਅਸੀਂ ਉਹਨੂੰ ਕਹਿਣਾ ਹੀ ਬੁਰਾ ਹੈਗਾ ਵਾ, ਹਰ ਮੁਆਸ਼ਰੇ ਨੇ ਜਿੱਥੇ ਜਾ ਕੇ ਵੇਖ ਲਓ, ਉਹਨੂੰ ਕਹਿਣਾ, ਜਦੋਂ ਅਸੀਂ ਕਿਸੇ ਬੰਦੇ ਦੀ ਗਲਤੀ ਤੋਂ, ਬਾਜ਼ ਔਕਾਤ ਕੰਡੀਸ਼ਨ ਇਹ ਹੁੰਦੀ ਹੈ ਗਲਤੀ ਬਰਦਾਸ਼ਤ ਕਰਨ ਵਾਲੀ ਵੀ ਨਹੀਂ ਹੁੰਦੀ, ਲੇਕਿਨ ਫਿਰ ਵੀ ਅਗਰ ਅਸੀਂ ਥੋੜ੍ਹਾ ਜ਼ਿਆਦਾ ਹੌਸਲਾ ਕਰ ਦਈਏ, ਥੋੜ੍ਹਾ ਜਿਹਾ ਉਹਨੂੰ ਕਹਿ ਦੇ, ਯਾਰ ਚੱਲ ਕੋਈ ਨਹੀਂ ਹੋਇਆ, ਜ਼ਿੰਦਗੀ ਬਹੁਤ ਪਈ ਆ, ਅੱਗੇ ਜਾ ਕੇ ਇਹ ਗਲਤੀ ਨਾ ਕਰੀ, ਉਮੀਦ ਕਰਦਾ ਵਾਂ ਕਿ ਉਹ ਬੰਦਾ ਉਸ ਟਾਈਮ ਸਮਝ ਆਏਗਾ। ਜਦੋਂ ਅਸੀਂ ਉਹਨੂੰ ਕਹਿਣਾ ਹੀ ਬੁਰਾ ਹੈਗਾ ਹਰ ਟਾਈਮ, ਇਹ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਨੇ। ਸਾਨੂੰ ਚਾਹੀਦਾ ਅਸੀਂ ਕੋਈ ਵੀ ਬੰਦਾ ਆਪਣੀ ਮਹਿਫਲ ਦੇ ਵਿੱਚ, ਆਪਣੇ ਇਲਾਕੇ 'ਚ, ਆਪਣੇ ਗਰੁੱਪ ਦੇ ਵਿੱਚ, ਆਪਣੀ ਟੀਮ ਮੈਂਬਰਾਂ ਦੇ ਵਿੱਚ ਕੋਈ ਬੰਦਾ ਗਲਤੀ ਕਰਦਾ ਨਾ,
ਉਹਨੂੰ ਇਸ ਨਜ਼ਰਾਂ ਨਾਲ ਨਾ ਵੇਖੇ ਕਿ ਦੁਬਾਰਾ ਉਹ ਅੱਗੇ ਵੱਧ ਹੀ ਨਾ ਸਕੇ। ਉਹਨੂੰ ਹੌਸਲਾ ਦੇਣਾ ਚਾਹੀਦਾ ਵਾ, ਤਾਂ ਹੀ ਜਾ ਕੇ ਜ਼ਿੰਦਗੀ ਉਹਦੀ ਕਾਮਯਾਬ ਹੋ ਜਾਏਗੀ। ਤੁਹਾਡੇ ਇੱਕ ਹੌਸਲੇ ਨਾਲ ਅਗਰ ਉਹਦੀ ਜ਼ਿੰਦਗੀ ਬਣ ਗਈ ਨਾ, ਸਾਰੀ ਜ਼ਿੰਦਗੀ ਉਹ ਤੁਹਾਨੂੰ ਦੁਆਵਾਂ ਦੇਗਾ। ਇਹ ਚੀਜ਼ਾਂ ਜਿਹੜੀਆਂ ਸਿਰਫ ਸੁਣਨ ਤੱਕ ਜਾਂ ਪੜ੍ਹਨ ਤੱਕ ਨਹੀਂ ਹੋਣੀਆਂ ਚਾਹੀਦੀਆਂ, ਸਾਨੂੰ ਇਹ ਜ਼ਿੰਦਗੀ ਦੇ ਵਿੱਚ ਕਰਨੀਆਂ ਵੀ ਚਾਹੀਦੀਆਂ। ਜਦੋਂ ਇਨਸਾਨ ਕਿਸੇ ਵਾਸਤੇ ਅੱਛਾ ਕਰਦਾ, ਕਿਸੇ ਨੂੰ ਸਮਝਾਉਂਦਾ, ਤਾਂ ਅੱਲਾਹ ਤਾਲਾ ਉਹਦੇ ਵਾਸਤੇ ਵੀ ਅੱਛਾ ਕਰਦਾ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ। ਸਾਡਾ ਯੂਟਿਊਬ ਚੈਨਲ ਹੈਗਾ 145 ਫਾਊਂਡੇਸ਼ਨ, ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਨਾ। ਆਪਣਾ ਖਿਆਲ ਰੱਖਣਾ, ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਅੱਲਾਹ ਦੇ ਹਵਾਲੇ।